ਚੈਨਲ ਪੰਜਾਬੀ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਜਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਜੀਵਨ ਜਾਂਚ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਜੀਵਨ ਜਾਂਚ ਇੱਕ ਐਸਾ ਪ੍ਰੋਗਰਾਮ ਹੈ ਜਿਹੜਾ ਕਿ ਤੁਹਾਡੇ ਜੀਵਨ ਬਾਰੇ, ਤੁਹਾਡੇ ਜੀਵਨ ਦੀ ਜਾਂਚ ਬਾਰੇ ਜਾਂ ਜੀਵਨ 'ਚ ਹੋ ਰਹੇ ਮਸਲਿਆਂ ਬਾਰੇ ਗੱਲ ਕਰਕੇ ਤੁਹਾਡੇ ਤੱਕ ਪਹੁੰਚਾਉਂਦਾ ਹੈ। ਸੋ ਇਹ ਪ੍ਰੋਗਰਾਮ ਸਾਨੂੰ ਉਹਨਾਂ ਲੋਕਾਂ ਨਾਲ ਮਿਲਾਉਂਦਾ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬੜੀ ਸਟਰਗਲ ਕੀਤੀ ਹੁੰਦੀ ਹੈ ਜਾਂ ਜ਼ਿੰਦਗੀ ਦੇ ਵਿੱਚ ਕੁਛ ਪਾਇਆ ਅਤੇ ਕੁਛ ਗਵਾਇਆ ਹੁੰਦਾ ਹੈ। ਸਿਆਣੇ ਕਹਿੰਦੇ ਨੇ ਕਿ ਜੇਕਰ ਜ਼ਿੰਦਗੀ ਇੰਨੀ ਸੌਖੀ ਹੁੰਦੀ ਤਾਂ ਇਨਸਾਨ ਰੋਂਦੇ ਰੋਂਦੇ ਹੀ ਦੁਨੀਆ 'ਤੇ ਕਿਉਂ ਆਉਂਦਾ। ਪਰ ਦੂਸਰੇ ਪਾਸੇ ਇੱਕ ਹੋਰ ਵੀ ਸੱਚ ਹੈ ਕਿ ਜੇਕਰ ਜ਼ਿੰਦਗੀ ਇੰਨੀ ਬੁਰੀ ਹੁੰਦੀ ਤਾਂ ਫਿਰ ਜਾਂਦਾ ਜਾਂਦਾ ਇਨਸਾਨ ਦੂਸਰੇ ਲੋਕਾਂ ਨੂੰ ਰਵਾ ਕੇ ਕਿਉਂ ਜਾਂਦਾ। ਸੋ ਇਸ ਲਈ ਜ਼ਿੰਦਗੀ ਦੇ ਦੁੱਖ ਅਤੇ ਸੁੱਖ ਦੋਨੋਂ ਸਾਡੇ ਨਾਲ ਚੱਲਦੇ ਹੋਏ ਸਾਨੂੰ ਜ਼ਿੰਦਗੀ ਨੂੰ ਜਿਉਣਾ ਸਿਖਾਉਂਦੇ ਨੇ। ਅਤੇ ਇਸ ਦੇ ਲਈ ਇਹ ਜ਼ਰੂਰ ਕਹਾਂਗੀ ਕਿ ਕੱਲ੍ਹ ਦਾ ਫਿਕਰ ਕਰਨ ਨਾਲੋਂ ਅੱਜ ਦਾ ਫਿਕਰ ਜ਼ਰੂਰ ਕਰੋ ਕਿ ਅੱਜ ਦਾ ਜਿਹੜਾ ਜਿਉਣਾ ਹੈ ਉਹਨੂੰ ਜਿਉਂ ਕੇ ਜ਼ਰੂਰ ਦੇਖੋ ਕਿ ਅੱਜ ਸਾਨੂੰ ਪਰਮਾਤਮਾ ਨੇ ਕੀ ਦਿੱਤਾ ਹੈ। ਪਰ ਸਭ ਤੋਂ ਜ਼ਰੂਰੀ ਗੱਲ ਜ਼ਿੰਦਗੀ 'ਚ ਵਕਤ ਦੀ ਹੁੰਦੀ ਹੈ। ਜਿਹੜਾ ਵਕਤ ਲੰਘ ਜਾਇਆ ਕਰਦਾ ਉਹ ਵਾਪਸ ਨਹੀਂ ਆਉਂਦਾ ਅਤੇ ਹਰ ਇਨਸਾਨ ਵਕਤ ਨੂੰ ਹੀ ਫੜ ਨਹੀਂ ਪਾਇਆ। ਇਹ ਘੁੰਮਦੀਆਂ ਸੂਈਆਂ ਜਿਹੜੀਆਂ ਨੇ ਆਪਣੀ ਰਫਤਾਰ ਚਲਦੀਆਂ ਚਲੀਆਂ ਜਾਂਦੀਆਂ ਨੇ, ਪਰ ਸਾਡੀ ਰਫਤਾਰ ਕਿਤੇ ਨਾ ਕਿਤੇ ਢਿੱਲੀ ਮੱਠੀ ਹੋ ਜਾਇਆ ਕਰਦੀ ਹੈ। ਅਸੀਂ ਹੀ ਹਰ ਟਾਈਮ ਨੂੰ ਜਾਂ ਤਾਂ ਬਹੁਤ ਖਿੱਚ ਕੇ ਲੈਂਦੇ ਹਾਂ ਅਤੇ ਜਾਂ ਫਿਰ ਲਾਪਰਵਾਹੀ ਦੇ ਨਾਲ ਲੈਂਦੇ ਹਾਂ। ਪਰ ਫਿਰ ਵੀ ਸਾਡੀ ਜ਼ਿੰਦਗੀ ਕਿਸੇ ਨਾ ਕਿਸੇ ਮੋੜ 'ਤੇ ਲੇਟ ਹੁੰਦੀ ਹੀ ਰਹਿੰਦੀ ਹੈ। ਅਤੇ ਇਹੀ ਪਿੱਛੇ ਛੱਡਿਆ ਹੋਇਆ ਸਮਾਂ ਪਕੜਨਾ ਬੜਾ ਜ਼ਰੂਰੀ ਹੁੰਦਾ ਹੈ। ਸੋਚ ਕੇ ਦੇਖੋ ਕਿ ਅੱਜ ਤੱਕ ਕਿੰਨੀਆਂ ਜਗ੍ਹਾ 'ਤੇ ਜਦੋਂ ਗਏ ਹੋ ਤਾਂ ਪਹਿਲਾਂ ਕਿੰਨੇ ਪਹੁੰਚੇ ਹੋ ਜਾਂ ਬਾਅਦ 'ਚ ਕਿੰਨਾ ਪਹੁੰਚੇ ਹੋ। ਅਤੇ ਹੁਣ ਸਟਾਰਟਿੰਗ ਕਰਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਮਨਪ੍ਰੀਤ ਗਿੱਲ ਜੀ ਪਹੁੰਚੇ ਨੇ। ਸੋ ਇਹ ਵੀ ਇੱਕ ਜ਼ਿੰਦਗੀ ਦਾ ਸੱਚ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਨੇ, ਕਿਉਂਕਿ ਅਸੀਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਦੂਸਰੇ ਮੁਲਕਾਂ ਦੇ ਵਿੱਚ ਆਉਂਦੇ ਹਾਂ ਇਹ ਸੋਚ ਕੇ ਕਿ ਸਾਡਾ ਭਵਿੱਖ ਬਹੁਤ ਵਧੀਆ ਹੋਵੇਗਾ। ਅਸੀਂ ਆਪਣੇ ਮੁਲਕ ਨੂੰ ਛੱਡ ਕੇ ਕਿਉਂ ਆਉਂਦੇ ਹਾਂ ਇਹ ਸਭ ਨੂੰ ਪਤਾ ਹੀ ਹੈ, ਦੁਬਾਰਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਪਰ ਇਹ ਜ਼ਰੂਰ ਕਹਾਂਗੀ ਕਿ ਅਸੀਂ ਜਦੋਂ ਆਪਣੇ ਮੁਲਕ ਨੂੰ ਛੱਡਦੇ ਹਾਂ ਅਤੇ ਤਾਂ ਹੀ ਛੱਡਦੇ ਹਾਂ ਕਿਉਂਕਿ ਕੁਛ ਨਾ ਕੁਛ ਜਾਂ ਸਾਡੇ ਮਨ ਦੇ ਵਿੱਚ ਉਸ ਚੀਜ਼ ਦੀ ਘਾਟ ਹੁੰਦੀ ਹੈ ਅਤੇ ਜਾਂ ਫਿਰ ਉਸ ਮੁਲਕ ਦੇ ਵਿੱਚ ਸਾਨੂੰ ਉਹ ਮਿਲ ਨਹੀਂ ਰਿਹਾ ਹੁੰਦਾ ਜੋ ਅਸੀਂ ਪਾਉਣਾ ਚਾਹੁੰਦੇ ਹਾਂ। ਅਤੇ ਫਿਰ ਜਦੋਂ ਅਸੀਂ ਦੂਸਰੇ ਮੁਲਕਾਂ 'ਚ ਆ ਜਾਂਦੇ ਹਾਂ ਤਾਂ ਜਿੱਥੇ ਅਸੀਂ ਜੰਮੇ ਹਾਂ ਬਿਨਾਂ ਕਿਸੇ ਦੇ ਕੁਛ ਕਿਹਾ ਅਸੀਂ ਉੱਥੋਂ ਦੇ ਸਿਟੀਜ਼ਨ ਹੋ ਜਾਇਆ ਕਰਦੇ ਹਾਂ। ਪਰ ਜਦੋਂ ਅਸੀਂ ਆਪਣਾ ਮੁਲਕ ਛੱਡ ਕੇ ਕਿਸੇ ਬੇਗਾਨੇ 'ਚ ਜਾਂਦੇ ਹਾਂ ਤਾਂ ਫਿਰ ਸਾਨੂੰ ਕਿੱਡੀ ਜਦੋਜਹਿਦ ਕਰਨੀ ਪੈਂਦੀ ਹੈ ਉੱਥੋਂ ਦੀ PR ਲੈਣ ਦੇ ਲਈ ਜਾਂ ਉੱਥੋਂ ਦੀ ਸਿਟੀਜ਼ਨ ਲੈਣ ਦੇ ਲਈ। ਅਤੇ ਚਲੋ ਸਵਾਗਤ ਕਰਦੇ ਹਾਂ ਮਨਪ੍ਰੀਤ ਗਿੱਲ ਜੀ ਦਾ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦੀ ਲਾਈਫ ਦੀ ਜਦੋਜਹਿਦ ਕੀ ਹੈ ਜਾਂ ਜੀਵਨ ਜਾਂਚ ਕੀ ਹੈ। ਮਨਪ੍ਰੀਤ ਜੀ ਤੁਹਾਡਾ ਸਵਾਗਤ ਸਾਡੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜਸ ਗਿੱਲ ਜੀ, ਸਭ ਤੋਂ ਪਹਿਲਾਂ ਤੁਹਾਡਾ ਅਤੇ ਤੁਹਾਡੇ ਚੈਨਲ ਪੰਜਾਬੀ ਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਤੁਹਾਡੇ ਚੈਨਲ ਦੇ ਥਰੂ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਮਨਪ੍ਰੀਤ ਜੀ ਪਹਿਲਾਂ ਦੱਸੋਗੇ ਕਿ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਇਆਂ ਨੂੰ ਕੈਨੇਡਾ 'ਚ? ਮੈਨੂੰ ਜੀ ਅਰਾਊਂਡ 4.5 ਸਾਲ ਹੋ ਗਏ ਕੈਨੇਡਾ। 4.5 ਸਾਲ ਹੋ ਗਏ, ਓਕੇ। ਸੋ ਤੁਸੀਂ ਐਜ਼ ਏ ਵਿਜ਼ਟਰ ਆਏ ਸੀ? ਹਾਂਜੀ ਜੀ, ਮੈਂ ਆਇਆ ਸੀ ਵਰਕ ਪਰਮਿਟ 'ਤੇ। ਵਰਕ ਪਰਮਿਟ 'ਤੇ ਆਇਆ ਸੀ, ਓਕੇ। ਅਤੇ ਜਦੋਂ ਮੈਂ ਦੁਬਈ ਵਿੱਚ ਹੁੰਦਾ ਸੀ, ਓਕੇ। ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਸੀਂ ਵੀ ਕੈਨੇਡਾ ਗੌਰਮੈਂਟ ਜਿਹੜੀ ਆ ਵੀ ਉਹ ਇਨਵਾਈਟ ਕਰਦੀ ਆ ਫੋਰਨ ਤੋਂ ਬੰਦਿਆਂ ਨੂੰ ਜਿਹੜੇ ਸਕਿਲਡ ਵਰਕਰ ਹੈਗੇ ਨੇ ਜਿਨ੍ਹਾਂ ਕੋਲ ਕੰਮ ਹੁੰਦਾ। ਹਾਂਜੀ, ਅਗਰ ਤੁਹਾਡੇ ਕੋਲ ਇੰਪਲੋਇਰ ਆ ਇੱਕ ਪ੍ਰੋਸੈਸ ਹੁੰਦਾ ਉਹਨੂੰ ਫੋਲੋ ਕਰਨਾ ਪੈਂਦਾ, ਓਕੇ। ਵੀ ਇੰਪਲੋਇਰ ਹੈਗਾ ਵਾ ਅਤੇ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਕੁਝ ਰਿਕੁਆਇਰਮੈਂਟਸ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ ਹੁੰਦੀਆਂ ਦੈਨ ਤੁਸੀਂ ਵੀਜ਼ਾ ਲੈ ਸਕਦੇ ਹੋ ਕੈਨੇਡਾ ਦਾ। ਤੁਸੀਂ ਵੀਜ਼ਾ ਲੈ ਸਕਦੇ ਹੋ, ਹਾਂਜੀ। ਅਤੇ ਉਸ ਪ੍ਰੋਸੈਸ ਦੇ ਅਧੀਨ ਹੀ ਮੈਂ ਵੀ ਇੱਥੇ ਆਇਆ ਸੀਗਾ, ਓਕੇ। ਅਤੇ ਇੱਥੇ ਆ ਕੇ ਮੈਂ ਵੀ ਟਰੱਕ ਚਲਾ ਕੇ ਕੰਮ ਕੀਤਾ ਜਿੱਦਾਂ ਬਾਕੀ ਸਾਰੇ ਵਰਕਰ ਕਰਦੇ ਨੇ ਉੱਦਾਂ ਕੀਤਾ। ਬਹੁਤ ਵਧੀਆ ਮੁਲਕ ਆਏ, ਬਹੁਤ ਵਧੀਆ ਵੈਲਕਮ ਕੀਤਾ ਇਹਨਾਂ ਨੇ ਜਦੋਂ ਅਸੀਂ ਏਅਰਪੋਰਟ 'ਤੇ ਆਏ ਹਾਂ। ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ ਕੰਮ ਕੀਤਾ, ਇੱਥੇ ਦੇ ਲੋਕਾਂ 'ਚ ਵਿਚਰੇ, ਈਵਨ ਕਿ ਜਿਹੜੇ ਇੱਥੇ ਆ ਕੇ ਪਤਾ ਲੱਗਾ ਕਿ ਇਹਨੂੰ ਮਲਟੀਕਲਚਰਲ ਕੰਟਰੀ ਕਿਉਂ ਕਹਿੰਦੇ ਨੇ, ਕਿਉਂਕਿ ਇੱਥੇ ਹਰ ਧਰਮ ਦੇ ਤੇ ਹਰ ਜਾਤ ਦੇ ਹਰ ਜ਼ਬਾਨ ਦੇ ਲੋਕਾਂ ਦਾ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਠੀਕ ਹੈ ਜੀ। ਸੋ ਅਮਨਪ੍ਰੀਤ ਜੀ, ਜਦੋਂ ਤੁਸੀਂ ਉੱਥੋਂ ਆਏ ਹੋ ਤਾਂ ਕੀ ਉਮੀਦ ਲੈ ਕੇ ਆਏ ਸੀ, ਕੀ ਸੋਚਿਆ ਕਿ ਆਪਣੇ ਸਾਡਾ ਭਾਰਤ ਜਿਹੜਾ ਵਾ, ਸਾਡਾ ਜਿਹੜਾ ਸਾਡੀ ਭਾਰਤ ਮਾਂ ਵਾ, ਜਾਂ ਅਸੀਂ ਉਹਨੂੰ ਇੰਡੀਆ ਨੂੰ ਆਪਣਾ ਦੇਸ਼ ਕਹਿੰਦੇ ਆ, ਸਾਡੀ ਮਾਤ ਭੂਮੀ ਆ, ਉੱਥੇ ਤੁਹਾਨੂੰ ਕੀ ਚੀਜ਼ ਲੱਗੀ ਕਿ ਨਹੀਂ ਹੈਗੀ ਜਿਹੜੀ ਕਿ ਤੁਸੀਂ ਜਿਹਦੇ ਪਿੱਛੇ ਤੁਸੀਂ ਇੱਥੇ ਵਰਕ ਪਰਮਿਟ ਲੈ ਕੇ ਆਏ ਹੋ? ਹਾਂਜੀ, ਦੇਖੋ ਜੀ, ਮੋਸਟਲੀ ਜਿੰਨੇ ਵੀ ਇੰਡੀਅਨਸ ਹੈਗੇ ਨੇ ਜਾਂ ਜਿੰਨੇ ਵੀ ਫੋਰਨ ਤੋਂ ਆਪਣਾ ਇੱਕ ਮੁਲਕ ਛੱਡ ਕੇ ਦੂਸਰੇ ਮੁਲਕ ਜਾਂਦੇ ਨੇ, ਮੇਰੇ ਖਿਆਲ 'ਚ ਸਾਰਿਆਂ ਦੀ ਸਟੋਰੀ 99% ਸੇਮ ਹੀ ਹੁੰਦੀ ਹੈ ਵੀ ਉਹ ਆਪਣੇ ਬਿਹਤਰ ਫਿਊਚਰ ਦੀ ਭਾਲ ਦੇ ਵਿੱਚ ਇੱਥੇ ਆਉਂਦਾ ਹੈ। ਤੇ ਮੇਰੀ ਸਟੋਰੀ ਵੀ ਉਹਨਾਂ ਦੇ ਨਾਲ ਰਲਦੀ ਮਿਲਦੀ ਆ ਕਿ ਮੈਨੂੰ ਵੀ ਇਹ ਸੀਗਾ ਕਿ ਇੰਡੀਆ ਦੇ ਵਿੱਚ ਅਸੀਂ ਨੋਰਮਲ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੇ ਸਾਨੂੰ ਇਹ ਸੀਗਾ ਕਿ ਉੱਥੇ ਪਹਿਲੀ ਗੱਲ ਤਾਂ ਪੜ੍ਹਾਈ ਕਰੋ, ਪੜ੍ਹਾਈਆਂ ਮਹਿੰਗੀਆਂ, ਜੇ ਪੜ੍ਹਾਈ ਕਰ ਵੀ ਲੈਂਦੇ ਹਾਂ ਤੇ ਉੱਥੇ ਪੜ੍ਹਾਈ ਦਾ ਮੁੱਲ ਨਹੀਂ ਪੈਂਦਾ, ਜੋਬ ਨਹੀਂ ਮਿਲਦੀ, ਇਸ ਕਰਕੇ ਮਹਿੰਗਾਈ ਦਿਨ ਬ ਦਿਨ ਵੱਧਦੀ ਹੈ ਤੇ ਫਿਰ ਹਰ ਇੱਕ ਬੰਦਾ ਕੂਚ ਕਰਦਾ ਕਿਸੇ ਹੋਰ ਮੁਲਕ ਵੱਲ ਜਿੱਥੇ ਸਾਡਾ ਫਿਊਚਰ, ਸਾਡੇ ਬੱਚਿਆਂ ਦਾ ਫਿਊਚਰ ਬੈਟਰ ਹੋਵੇ। ਤੇ ਇਹੀ ਸੋਚ ਨਾਲ ਮੈਂ ਵੀ ਕੈਨੇਡਾ ਆਇਆ ਤੇ ਕੰਮ ਕੀਤਾ, ਬਹੁਤ ਸਤਿਕਾਰ ਮਿਲਿਆ ਇਸ ਮੁਲਕ ਦੇ ਵਿੱਚ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਾਨੂੰ ਤਾਂ ਐਂ ਲੱਗਦਾ, ਹੁਣ ਐਂ ਸੋਚਦੇ ਹਾਂ ਵੀ ਕਾਸ਼ ਅਸੀਂ ਇਸੇ ਮੁਲਕ ਵਿੱਚ ਹੀ ਜੰਮ ਪਲ ਹੁੰਦੇ, ਸਾਡਾ ਅਸੀਂ ਸਿਟੀਜ਼ਨ ਹੀ ਇੱਥੋਂ ਦੇ ਹੁੰਦੇ। ਉਹਦਾ ਕਾਰਨ ਇਹ ਆ ਕਿਉਂਕਿ ਮੇਰਾ ਇੱਥੇ ਆਉਣ ਦਾ ਜਿਹੜਾ ਮਕਸਦ ਆ ਉਹ ਇਹੀ ਆ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਗੌਰਮੈਂਟ ਨੂੰ ਕਿ ਇਹ ਮੁਲਕ ਤਾਂ ਬਹੁਤ ਵਧੀਆ, ਅਸੀਂ ਇੱਥੇ ਆਏ ਹਾਂ, ਗੌਰਮੈਂਟ ਦਾ, ਇੱਥੋਂ ਦੇ ਲੋਕਾਂ ਦਾ, ਜਿਹੜੇ ਇੱਥੇ ਪਾਲਿਸੀ ਮੇਕਰ ਨੇ ਉਹਨਾਂ ਦਾ ਧੰਨਵਾਦ, ਜਿਹੜਾ ਫੋਰਨਰਸ ਨੂੰ ਇੱਥੇ ਆ ਕੇ ਆਪਣਾ ਸਕਿੱਲ ਯੂਜ਼ ਕਰਕੇ ਇਸ ਕੰਟਰੀ ਦੇ ਵਿੱਚ, ਇਸ ਕੰਟਰੀ ਨੂੰ ਉੱਪਰ ਚੱਕਣ ਵਾਸਤੇ ਆਪਣਾ ਹਿੱਸਾ ਪਾਉਂਦੇ ਨੇ ਇਕਨੋਮੀ ਦੇ ਵਿੱਚ। ਤੇ ਇਹ ਸਾਨੂੰ ਉਹਦਾ ਫੀਡਬੈਕ ਵੀ ਬਹੁਤ ਵਧੀਆ ਰਿਗਾਰਡ ਮਿਲਦਾ ਸਾਨੂੰ ਇੱਥੋਂ। ਇਹਨਾਂ ਨੇ ਇੱਕ ਚੀਜ਼ ਕੀਤੀ ਹੋਈ ਹੈ, ਇੱਕ ਸਿਸਟਮ ਦੇ ਥਰੂ ਅਗਰ ਤੁਸੀਂ ਚੱਲਦੇ ਹੋ ਤਾਂ ਤੁਸੀਂ ਇੱਥੋਂ ਦੀ PR ਤੇ ਸਿਟੀਜ਼ਨ ਵੀ ਲੈ ਸਕਦੇ ਹੋ ਤੇ ਕੱਲ ਨੂੰ ਤੁਸੀਂ ਇਸ ਮੁਲਕ ਦੇ ਵਿੱਚ ਜੋ ਵੀ ਚਾਹੋ ਤੁਸੀਂ ਇੱਥੇ ਦੇ ਬਸ਼ਿੰਦਿਆਂ ਵਾਂਗੂ ਰਹਿ ਕੇ ਉਹ ਚੀਜ਼ਾਂ ਕਰ ਸਕਦੇ ਹੋ, ਕਰ ਸਕਦੇ ਹੋ। ਤੇ ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਮਨਪ੍ਰੀਤ ਜੀ ਤੁਹਾਨੂੰ ਕਿ ਤੁਹਾਨੂੰ ਫਿਰ ਤੁਸੀਂ ਹੁਣ ਪੱਕੇ ਹੋ ਚੁੱਕੇ ਹੋ? ਹਾਂਜੀ, ਦਰਅਸਲ ਇੱਦਾਂ ਜੀ, ਮੈਂ PR ਤਾਂ ਲਾਈ ਸੀਗੀ ਪਰ ਮੇਰੀ ਜਿਹੜੀ PR ਆ ਉਹਦੇ ਵਿੱਚ ਹਲੇ ਇਨ ਪ੍ਰੋਸੈਸ ਆ। ਕਹਿ ਲਓ ਵੀ ਥੋੜ੍ਹਾ ਜਿਹਾ ਸਿਸਟਮ ਦੇ ਕਰਕੇ ਪ੍ਰੋਬਲਮ ਆ ਗਈ ਸੀ ਕੁਛ ਐਮਪਲੋਇਰ ਕਰਕੇ, ਇਸ ਕਰਕੇ ਹਲੇ ਇਨ ਪ੍ਰੋਸੈਸ ਆ। ਅੱਛਾ, ਸੋ ਜਦੋਂ ਇਨ ਪ੍ਰੋਸੈਸ ਹੁੰਦੀ ਹੈ ਕੋਈ ਚੀਜ਼ ਤਾਂ ਉਦੋਂ ਮਤਲਬ ਹੁੰਦੀ ਹੈ ਕਿ ਸਾਨੂੰ ਵੇਟ ਕਰਨੀ ਪੈਂਦੀ ਹੈ। ਉਹ ਤਾਂ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਗੱਲ ਦੀ ਵੇਟ ਕਰਦੇ ਆ? ਮੈਨੂੰ ਜੀ 2 ਸਾਲ ਤੋਂ ਜ਼ਿਆਦਾ ਹੀ ਹੋ ਗਏ ਇਸ ਚੀਜ਼ ਦੀ ਵੇਟ ਕਰਦੇ ਹੋਇਆ। ਤੇ ਬਿਕੋਜ਼ ਮੈਂ ਜਦੋਂ ਸਿਸਟਮ ਨੂੰ ਫੋਲੋ ਕੀਤਾ, ਇੱਥੇ ਹੁੰਦਾ ਕਿ ਅਗਰ ਤੁਸੀਂ LMI ਦੇ ਥਰੂ ਹੋ ਜਾਂ ਵਰਕ ਪਰਮਿਟ 'ਤੇ ਹੋ ਤੇ ਤੁਹਾਨੂੰ ਕਾਫੀ ਨੌਕ ਕੋਡ ਹੈਗੇ ਨੇ ਜਿਹੜੇ ਹਰੇਕ ਪ੍ਰੋਵਿੰਸ ਦੇ ਵਿੱਚ ਹੁੰਦੇ ਨੇ ਤੇ ਉਹ ਕਿਸੇ ਨੂੰ ਐਕਸਪ੍ਰੈਸ ਐਂਟਰੀ ਦੇ ਅਧੀਨ PR ਮਿਲਦੀ ਹੈ ਤੇ ਕਿਸੇ ਨੂੰ PNP ਦੇ ਥਰੂ ਹੋ ਕੇ PR ਲੈਣੀ ਪੈਂਦੀ ਹੈ। ਤੇ ਜਿਹੜੇ ਤਾਂ PNP ਦੇ ਥਰੂ ਹੋ ਕੇ ਲੈਂਦੇ ਨੇ ਉਹਨਾਂ ਨੂੰ ਪਹਿਲਾਂ ਐਕਸਪੀਰੀਅੰਸ ਸ਼ੋਅ ਕਰਨਾ ਪੈਂਦਾ, ਐਕਸਪੀਰੀਅੰਸ ਆਪਣਾ ਬਣਾਉਣ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਹੁੰਦੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਆਪਾਂ ਜਦੋਂ ਫਾਈਲ ਸਬਮਿਟ ਕਰਦੇ ਹਾਂ ਫਿਰ ਇੱਕ ਪੁਆਇੰਟ ਸਿਸਟਮ ਹੁੰਦਾ, ਅਗਰ ਆਪਾਂ ਉਸ ਪੁਆਇੰਟ ਸਿਸਟਮ ਨੂੰ ਮੀਟ ਕਰਦੇ ਹਾਂ ਦੈਨ ਤੁਹਾਨੂੰ ਇਨਵੀਟੇਸ਼ਨ ਲੈਟਰ ਆ ਜਾਂਦੀ ਹੈ ਕਿ ਤੁਸੀਂ ਆਪਣੀ ਫੈਡਰਲ ਦੇ ਵਿੱਚ ਫਾਈਲ ਲਾ ਸਕਦੇ ਹੋ PR ਵਾਸਤੇ। ਠੀਕ ਹੈ, ਫਿਰ ਫੈਡਰਲ ਦਾ ਅਰਾਊਂਡ 1.5 ਤੋਂ ਲੈ ਕੇ 2 ਸਾਲ ਦਾ ਫੈਡਰਲ ਦਾ ਟਾਈਮ ਹੈ, ਪ੍ਰੋਸੈਸਿੰਗ ਟਾਈਮ PR ਦਾ। ਤੇ ਉਸ ਦੇ ਵਿੱਚ ਤੁਹਾਡਾ ਮੈਡੀਕਲ ਵੀ ਹੁੰਦਾ ਹੈ, ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਇਨਕੁਆਇਰੀ ਵੀ ਹੋ ਸਕਦੀ ਹੈ, ਸੋ ਸਾਰਾ ਜਿੰਨਾ ਵੀ ਪ੍ਰੋਸੀਜਰ ਚੱਲਦਾ ਇਮੀਗ੍ਰੇਸ਼ਨ ਦਾ ਚੱਲਦਾ। ਦੈਨ ਉਸ ਤੋਂ ਬਾਅਦ ਫਾਈਨਲ ਹੁੰਦਾ ਸਟੈਪ ਉਹਨਾਂ ਦਾ ਕਿ ਡਿਸੀਜਨ ਮੇਡ ਕਰਨ ਤੋਂ ਬਾਅਦ ਫਿਰ ਤੁਹਾਡੇ ਪਾਸਪੋਰਟ ਦੀ ਰਿਕੁਐਸਟ ਮੰਗਦੇ ਨੇ ਤੇ ਫਿਰ ਦੈਨ ਤੁਸੀਂ PR ਲੈ ਸਕਦੇ ਹੋ। ਅੱਛਾ, ਸੋ ਤੁਸੀਂ ਹੁਣ ਐਸਾ ਤੁਸੀਂ ਹਾਲੇ ਤੱਕ ਤੁਹਾਨੂੰ ਇਹ ਗੱਲਾਂ ਪਤਾ ਸਾਰੀਆਂ ਵੀ ਕਿਵੇਂ ਹੋਣਾ, ਪਰ ਹਾਲੇ ਤੁਸੀਂ PR ਨਹੀਂ ਹੋਏਗੀ ਤਾਂ ਫਿਰ ਤੁਹਾਡੀ ਜ਼ਿੰਦਗੀ, ਸਾਡਾ ਜਿਹੜੇ ਪ੍ਰੋਗਰਾਮ ਹੈ ਇਹਦਾ ਨਾਮ ਹੈ ਜੀਵਨ ਜਾਂਚ, ਕਿ ਅਸੀਂ ਜ਼ਿੰਦਗੀ ਦੇ ਵਿੱਚੋਂ ਜੀਵਨ 'ਚੋਂ ਕੀ ਸਿੱਖਿਆ, ਕਿਹੜੀ ਕੋਈ ਜਾਂਚ ਸਿੱਖੀ। ਜਿਵੇਂ ਕਿ ਹੁਣ ਮੈਂ ਵੀ ਜਦੋਂ ਕੈਨੇਡਾ 'ਚ ਆਈ ਸੀ, ਮੈਂ ਵੀ ਪਹਿਲਾਂ ਵਿਜ਼ਟਰ ਆਈ ਸੀ, ਵਿਜ਼ਟਰ ਆ ਕੇ ਹੀ ਮੈਂ 3 ਸਾਲਾਂ ਦੇ ਵਿੱਚ ਪੱਕੀ ਹੋਈ ਹਾਂ। ਸੋ ਅੱਜ ਲਾਈਕ ਇੱਥੇ ਤੱਕ ਪਹੁੰਚੇ ਹਾਂ, ਬਹੁਤ ਸਾਰੇ ਲੋਕ ਸਾਡੇ ਵਰਗੇ ਹੋਣਗੇ ਜਿਹੜੇ ਕਿ ਇੱਥੇ ਇਸ ਤਰ੍ਹਾਂ ਆਏ ਹੋਣਗੇ। ਤੁਸੀਂ ਇਸ ਟਾਈਮ ਕੀ ਕਰ ਰਹੇ ਹੋ, ਕੀ ਤੁਹਾਡੇ ਜੀਵਨ ਦੀ ਕੀ ਖਾਸ਼ ਕੀ ਹੈ, ਲਾਈਕ ਕਿ ਹਰ ਬੰਦੇ ਦੀ ਕੋਈ ਨਾ ਕੋਈ ਖਾਸ਼ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਪੱਕੇ ਹੋ ਰਹੇ ਹਾਂ ਅਤੇ ਜਾਂ ਅਸੀਂ ਕਿਸੇ ਲਈ ਕੁਛ ਕਰੀਏ ਜਾਂ ਆਪਣੇ ਲਈ ਕੁਛ ਕਰੀਏ। ਕੀ ਜੀਵਨ ਦੀ ਜਾਂਚ ਕੀ ਲੈ ਕੇ ਆਏ ਹੋ ਅੱਜ ਸਾਡੇ ਨਾਲ? ਦੇਖੋ ਜੀ, ਜੀਵਨ ਦੀ ਜਾਂਚ ਮੈਂ ਤਾਂ ਜ਼ਿੰਦਗੀ ਤੋਂ ਇਹੀ ਸਿੱਖਿਆ ਤੇ ਉਮਰ ਦੇ ਤੇ ਤਜਰਬੇ ਦੇ ਹਿਸਾਬ ਦੇ ਨਾਲ ਮੈਂ, ਮੇਰੇ ਤੋਂ ਬਹੁਤ ਸਿਆਣੇ ਲੋਕ ਵੀ ਇਸ ਮੁਲਕ 'ਚ ਹੈਗੇ ਨੇ ਜਿਹੜੇ ਇਸ ਹਲੇ PR ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਨੇ, ਜਿਨ੍ਹਾਂ ਦਾ ਕੋਈ ਫੈਮਿਲੀ ਦੇ ਨਾਲ ਆਇਆ, ਕੋਈ ਰਿਫਿਊਜੀ ਆਇਆ ਜਾਂ ਕੋਈ ਸਟੂਡੈਂਟ ਹੈ ਤੇ ਜਾਂ ਫਿਰ ਕੋਈ ਵਰਕ ਪਰਮਿਟ 'ਤੇ ਹੈ। कोई मेरे तो छोटे भी होंगे, मेरे तो वड्डे भी होंगे, तो मैं जिन्नी को मैनू सोच है या मेरी समझ है, मैं सिर्फ यही चीज़ महसूस की है कि सब तो पहला तुसीं स्पैशली जो तुहानूं इदां दे मुल्क विच आउण दा मौका मिलदा, उस मुल्क कोशिश करो कि तुसीं उस मुल्क दी किसी भी तरह के रूल या मर्यादा नूं भंग ना करो, उस सिस्टम दे विच रह के, क्योंकि ये बहुत वधिया मुल्क है। अगर तुसीं सही तरीके नाल चलदे हो तो सारा कुछ तुहाडे सामने पिया, तुसीं कुछ भी हासिल कर सकदे हो ईमानदारी ते मेहनत दे सिर ते। ठीक है, ते उही चीज़ मैं कहना चाहुंदा वां कि अगर तुसीं आए हो तुसीं अपने सब तो पहला सब तो जरूरी चीज़ आ पी आर तुहाडे वास्ते। सो अगर ਤੁਸੀਂ ਉਸ ਪੀਆਰ ਨੂੰ ਲੈਣ ਵਾਸਤੇ ਤੁਹਾਨੂੰ ਥੋੜਾ ਵੇਟ ਕਰਨਾ ਪੈਂਦਾ, ਥੋੜਾ ਸਟਰਗਲ ਕਰਨਾ ਪੈਂਦਾ, ਤੇ ਲਾਈਫ ਦੇ ਵਿੱਚ ਸਟਰਗਲ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ ਸਟਰਗਲ ਕਰ ਲਿਆ ਤੇ ਸਫਲਤਾ ਸਕਸੈਸ ਉਹਦੇ ਵਾਸਤੇ ਆਪ ਹੀ ਖੜੀ ਹੈ ਸਾਹਮਣੇ ਕਿ ਮੈਨੂੰ ਹਾਸਲ ਕਰੋ। ਠੀਕ ਹੈ ਜੀ, ਤੇ ਇਹੀ ਚੀਜ਼ ਮੈਂ ਸਿੱਖੀ ਹੈ ਕਿ ਤੁਸੀਂ ਆਏ ਹੋ, ਮਿਹਨਤ ਕਰੋ, ਤੇ ਇੱਕ ਚੀਜ਼ ਮਿਹਨਤ ਦੇ ਨਾਲ ਨਾਲ ਇੱਕ ਚੀਜ਼ ਇਹ ਜ਼ਰੂਰ ਦੇਖੋ ਕਰਨੀ ਚਾਹੀਦੀ ਬੰਦੇ ਨੂੰ ਕਿ ਆਪਾਂ ਜਿੱਥੋਂ ਆਏ ਹਾਂ, ਚਾਹੇ ਉਹ ਆਪਾਂ ਕਿਸੇ ਕਹਿ ਲਓ ਵੀ ਕੰਟਰੀ ਤੋਂ ਬਿਲੋਂਗ ਕਰਦੇ ਹੋ ਜਾਂ ਕਿਸੇ ਰਿਲੀਜਨ ਤੋਂ ਬਿਲੋਂਗ ਕਰਦੇ ਹੋ, ਕੋਈ ਇਹੋ ਜਿਹਾ ਕੰਮ ਨਾ ਕਰੋ ਕਿ ਤੁਹਾਨੂੰ ਸ਼ਿਟ ਮਿਲੇ, ਤੁਹਾਡੀ ਗਲਤੀ ਕਰਕੇ ਤੁਹਾਡੀ ਕੌਮ ਨੂੰ ਜਾਂ ਤੁਹਾਡੀ ਜ਼ੁਬਾਨ ਨੂੰ, ਤੁਹਾਡੀ ਬੋਲੀ ਨੂੰ ਜਾਂ ਤੁਹਾਡੇ ਮੁਲਕ ਨੂੰ ਸ਼ਿਟ ਮਿਲੇ, ਤਾਂ ਕਿ ਤੁਹਾਡੇ ਆਉਣ ਤੋਂ ਬਾਅਦ ਜਿਹੜੇ ਹੋਰ ਵੀ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਨਾ ਕੋਈ ਰਾਹ 'ਚ ਕੰਡੇ ਬੀਜੇ ਜਾਣ ਜਾਂ ਕੋਈ ਰੂਲ ਇਹੋ ਜਿਹੇ ਬਣ ਜਾਣ ਕਿ ਉਹ ਬੰਦੇ ਨਾ ਆ ਸਕਣ ਸਿਰਫ ਇੱਕ ਤੁਹਾਡੀ ਗਲਤੀ ਕਰਕੇ। ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ। ਹਾਂਜੀ ਮਨਪ੍ਰੀਤ ਜੀ, ਮਨਪ੍ਰੀਤ ਦੀ ਇਹ ਗੱਲ ਤੁਸੀਂ ਸਾਰਿਆਂ ਨੇ ਸੁਣੀ ਹੈ ਕਿ ਸਾਨੂੰ ਕੁਛ ਐਸਾ ਨਹੀਂ ਕਰਨਾ ਚਾਹੀਦਾ ਕਿ ਜਿਸ ਦੇ ਨਾਲ ਅਸੀਂ ਆਪਣੀ ਧਰਤੀ ਨੂੰ, ਆਪਣੀ ਮਾਂ ਨੂੰ ਬਦਨਾਮ ਕਰ ਸਕੀਏ, ਕਿਉਂਕਿ ਜੇਕਰ ਕੋਈ ਬੱਚਾ ਕੁਛ ਗਲਤ ਕਰਦਾ ਹੈ ਤਾਂ ਹਮੇਸ਼ਾ ਮਾਂ ਬਾਪ ਬਦਨਾਮ ਹੁੰਦੇ ਨੇ। ਅਗਲਾ ਕਹਿੰਦਾ ਕਿ ਮਾਂ, ਅਤੇ ਮਾਂ ਕਿਸੇ ਸਿਆਣੇ ਨੇ ਹੀ ਕਿਹਾ ਸੀ ਕਿ ਕਮਲਾ ਨਾ ਮਰੇ, ਕਮਲੇ ਦੀ ਮਾਂ ਮਰ ਜੇ, ਕਿਉਂ? ਤਾਂ ਕਿ ਅਸੀਂ ਉਸ ਚੀਜ਼ ਨੂੰ ਦੁਬਾਰਾ ਹੋਰ ਪੈਦਾ ਨਾ ਕਰ ਸਕੇ। ਬਟ ਇੱਕ ਗੱਲ ਜ਼ਰੂਰ ਕਹਾਂਗੀ ਕਿ ਜੇ ਤੁਸੀਂ ਇਸ ਮੁਲਕ 'ਚ ਆਏ ਹੋ ਜਾਂ ਇਸ ਮੁਲਕ 'ਚ ਆ ਕੇ ਵੇਟ ਕਰ ਰਹੇ ਹੋ, ਬਹੁਤ ਸਾਰੇ ਇਸ ਵਾਰੀ ਸਟੂਡੈਂਟ ਆਏ ਹੋਏ ਨੇ ਜਿਹੜੇ ਕਿ ਇਸ ਆਸਤੇ ਬੈਠੇ ਨੇ ਕਿ ਅਸੀਂ ਪੀਅਰ ਹੋਣਾ, ਅਸੀਂ ਪੱਕੇ ਹੋਣਾ, ਅਸੀਂ ਇਸ ਮੁਲਕ ਨੂੰ ਕੁਛ ਦੇਣਾ। ਸੋ ਦੇਣ ਦੀ ਬਜਾਏ ਅਸੀਂ ਕੁਛ ਲੈਣਾ ਵੀ ਇਸ ਮੁਲਕ ਤੋਂ, ਕਿਉਂਕਿ ਅਸੀਂ ਇਸ ਮੁਲਕ ਤੋਂ ਉਹੀ ਚੀਜ਼ ਲੈਣੀ ਹੈ ਜਿਹਦੇ ਨਾਲ ਕਿ ਇਸ ਮੁਲਕ ਨੂੰ ਜਿਵੇਂ ਅਸੀਂ ਆਏ ਸੀ, ਇਹ ਜਿਵੇਂ ਸਾਫ਼ ਸੁਥਰਾ ਹੈ, ਜਿਵੇਂ ਬੇਈਮਾਨੀ ਨਹੀਂ ਹੈ, ਇੱਥੇ ਠੱਗੀ ਨਹੀਂ ਹੈ, ਥੋੜ੍ਹੀ ਨਹੀਂ ਹੈ, ਕਿਸੇ ਦੀ ਸਿਫਾਰਿਸ਼ ਨਹੀਂ ਹੈ, ਉਹ ਚੀਜ਼ਾਂ ਨੂੰ ਅਸੀਂ ਲੈ ਕੇ ਨਾ ਆਈਏ, ਤਾਂ ਕਿ ਅਸੀਂ ਇਸ ਮੁਲਕ ਨੂੰ ਉਸ ਤਰ੍ਹਾਂ ਦਾ ਹੀ ਰੱਖ ਸਕੀਏ ਜਿਹੇ ਜਿਹੇ ਮੁਲਕ ਅਸੀਂ ਆਲਰੇਡੀ ਪਹਿਲਾਂ ਕਰਕੇ ਆਏ ਹਾਂ। ਸੋ ਇਸ ਦੇ ਨਾਲ ਹੀ ਮਨਪ੍ਰੀਤ ਜੀ, ਮੈਂ ਹੋਰ ਵੀ ਇੱਕ ਸੁਣਿਆ ਸੀ ਕਿ ਤੁਸੀਂ ਕੋਈ ਪਟੀਸ਼ਨ ਤਿਆਰ ਕਰ ਰਹੇ ਹੋ ਜਾਂ ਕੁਛ, ਉਹ ਕੀ ਹੈ ਉਹਦੇ ਬਾਰੇ ਜਾਣਨਾ ਚਾਹੁੰਦੇ? ਹਾਂਜੀ ਜੈਸ ਜੀ, ਇਹ ਮੈਂ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਇਸ ਚੀਜ਼ 'ਤੇ ਚਾਨਣਾ ਪਾਇਆ, ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੈ। ਇਹ ਅਸੀਂ ਕਹਿ ਲਓ ਵੀ ਤੁਸੀਂ ਹਰ ਇੱਕ ਬੰਦੇ ਦੀ ਉਮੀਦ ਜੁੜੀ ਹੋਈ ਇਸ ਪਟੀਸ਼ਨ ਦੇ ਨਾਲ, ਜਿੰਨੇ ਵੀ ਕੈਨੇਡਾ ਭਰ ਦੇ ਵਿੱਚ ਲੋਕ ਰਹਿ ਰਹੇ ਨੇ, ਚਾਹੇ ਉਹ ਕਿਸੇ ਵੀ ਸਿਟੀ ਵਿੱਚ ਰਹਿ ਰਹੇ ਆ, ਕਿਸੇ ਪ੍ਰੋਵਿੰਸ ਵਿੱਚ ਰਹਿ ਰਹੇ ਆ, ਹੈ ਤਾਂ ਕੈਨੇਡਾ ਦਾ ਹਿੱਸਾ। ਹਾਂਜੀ, ਸੋ ਉਸ ਚੀਜ਼ ਨੂੰ ਖਿਆਲ ਰੱਖਦੇ ਹੋਇਆ ਦੇਖੋ, ਅੱਜ ਕੱਲ੍ਹ ਇੱਕ ਸਮੱਸਿਆ ਚੱਲ ਰਹੀ ਹੈ ਜੀ ਪੈਂਡੈਮਿਕ ਦੀ, ਜਿਹੜੀ ਕਰੋਨਾ ਵਾਇਰਸ ਦੀ, ਕੋਵਿਡ-19। ਇਸ ਸਮੱਸਿਆ ਦੇ ਵਿੱਚੋਂ ਸਾਰੀ ਦੁਨੀਆ ਨੂੰ ਗੁਜ਼ਰਨਾ ਪੈ ਰਿਹਾ, ਤੇ ਉਹਦੇ ਵਿੱਚੋਂ ਕੈਨੇਡਾ ਵੀ ਇੱਕ ਮੁਲਕ ਹੈ। ਠੀਕ ਹੈ ਜੀ, ਤੇ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਲਿਬਰਲ ਗੌਰਮੈਂਟ ਦਾ ਧੰਨਵਾਦ ਕਰੂੰਗਾ ਕਿ ਲਿਬਰਲ ਗੌਰਮੈਂਟ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਨੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਬਾਂਹ ਨਹੀਂ ਫੜੀ, ਜੇ ਫੜੀ ਵੀ ਹੋਊਗੀ ਤਾਂ ਜਿਹੜੇ ਸਿਟੀਜ਼ਨ ਜਾਂ ਪੀਆਰ ਉਹਨਾਂ ਦੀ ਫੜੀ, ਪਰ ਜਿਹੜੇ ਵਰਕ ਪਰਮਿਟ ਤੇ ਆ ਜਾਂ ਰਿਫਿਊਜੀ ਆ ਜਾਂ ਸਟੂਡੈਂਟ ਆ ਉਹਨਾਂ ਦੀ ਨਹੀਂ ਫੜੀ। ਪਰ ਇਹ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਟਰੂਡੋ ਸਾਹਿਬ ਦਾ ਕਿ ਇਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ, ਤੇ ਇਹਨਾਂ ਨੇ ਇਸ ਵਾਇਰਸ ਦੇ ਹੁੰਦਿਆਂ ਹੋਇਆਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਆਪਣੇ ਘਰਾਂ 'ਚ ਬੈਠੋ, ਆਪਣੇ ਆਪ ਨੂੰ ਸੇਫ ਰੱਖੋ, ਬਿਕੋਜ਼ ਅਗਰ ਅਸੀਂ ਸੇਫ ਹਾਂ, ਅਸੀਂ ਆਪਣੀ ਲਾਈਫ ਨੂੰ ਬਚਾ ਲਿਆ, ਤੇ ਦਿਨ ਸਾਰੀ ਲਾਈਫ ਅਸੀਂ ਕੰਮ ਹੀ ਕਰਨਾ, ਜੋ ਮਰਜ਼ੀ ਕਰਨਾ। ਤੇ ਦੂਸਰੀ ਚੀਜ਼ ਇਹ ਆ ਕਿ ਉਹਨਾਂ ਨੇ ਘਰ ਬੈਠਣ ਦੇ ਨਾਲ ਨਾਲ ਜਿਹੜਾ ਤੁਸੀਂ ਗਵਰਨਮੈਂਟ ਨੂੰ ਟੈਕਸ ਦਿੱਤਾ, ਉਸ ਟੈਕਸ ਦੇ ਪੈਸੇ ਨੂੰ ਹੀ ਤੁਹਾਨੂੰ ਵਾਪਸ ਕੀਤਾ ਕਿ ਤੁਸੀਂ ਘਰੇ ਬੈਠੋ, ਤੁਹਾਨੂੰ ਪੈਸੇ ਮਿਲਣਗੇ, ਤੇ ਤੁਸੀਂ ਉਹਨਾਂ ਪੈਸਿਆਂ ਦੇ ਨਾਲ ਹੀ, ਚਾਹੇ ਉਹ ਕੋਈ ਇੰਪਲੋਇਰ ਹੈ, ਚਾਹੇ ਉਹ ਕੋਈ ਬਿਜ਼ਨਸਮੈਨ ਹੈ, ਚਾਹੇ ਉਹ ਕਹਿ ਲਓ ਵੀ ਹਾਊਸ ਓਨਰ ਨੇ ਜਾਂ ਟੈਨੈਂਟ ਨੇ ਜਾਂ ਵਰਕਰ ਨੇ, ਸਾਰਿਆਂ ਨੂੰ ਉਹਨਾਂ ਦੇ ਹਿਸਾਬ ਨਾਲ ਜੋ ਉਹਨਾਂ ਦੀ ਪਹੁੰਚ ਸੀਗੀ, ਜੋ ਉਹਨਾਂ ਨੂੰ ਦੇਣਾ ਚਾਹੀਦਾ ਸੀ, ਜੋ ਡਿਜ਼ਰਵ ਕਰਦੇ ਸੀ, ਉਹਨਾਂ ਨੇ ਉਹਨਾਂ ਨੂੰ ਮਦਦ ਦਿੱਤੀ, ਤੇ ਅੱਜ ਸਾਰੇ ਖੁਸ਼ਹਾਲ ਨੇ। ਕਿਸੇ ਨੂੰ ਵੀ ਇਹ ਨਹੀਂ ਹੈਗਾ ਕਿ ਅਸੀਂ ਕੰਮ ਤੇ ਨਹੀਂ ਜਾ ਰਹੇ ਤੇ ਅਸੀਂ ਖਾਵਾਂਗੇ ਕਿੱਥੋਂ, ਅਸੀਂ ਪੀਵਾਂਗੇ ਕਿੱਥੋਂ, ठीक है तो मैं बहुत धन्यवाद हाँ ट्रूडो गवर्नमेंट का। तो इस चीज़ के नाल जैस जी असी एक आस लैके आए हैं। एक्चुअली असी एक 10 मैंबरी कमेटी बनाई है तो उसका नाम रखा असी होप वैलफेयर सोसायटी। होप वैलफेयर सोसायटी एक रजिस्टर्ड फर्म है जी। ये लोगों की गवर्नमेंट तो मंजूर शुदा तो लोगों की मंग के उत्ते ही इस फर्म असी खड़ा किया। तो असी सब तो पहला जिहड़ा साडा टिच्चा असी वो लैके आए हाँ। मेरे साडे जिहड़े प्रेजिडेंट साहब ने इन्हां ने इस चीज़ नूं सोचिया तो इन्हां ने सानूं नाल खड़े होके भी चलन का मौका दिता। तो मैं अपने प्रेजिडेंट साहब जिहड़े जसविंदर सिंह गिल जी ने उन्होंने धन्नवाद करदा कि उन्होंने ये चंगी सोच रखी। इस सोच नूं रखदे होए उन्होंने सानूं नाल चल के एक मनुखता की भलाई वास्ते कुछ करन दा सानूं मौका दिता। सब तो पहला तो मैं आपदे आप नूं किस्मत वाला समझदा कि मैनूं भी चलो ਕਾਮਯਾਬੀ ਮਿਲਣੀ ਜਾਂ ਨਹੀਂ ਮਿਲਣੀ ਉਹ ਇੱਕ ਵੱਖਰੀ ਗੱਲ ਆ। ਕੀ ਇਹਦਾ ਲਾਈਕ ਮੈਂ ਵਿੱਚੇ ਤੁਹਾਨੂੰ ਕਰ ਰਹੀ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ 10 ਮੈਂਬਰੀ ਕਮੇਟੀ ਬਣਾਈ ਆ। ਸੋ ਇਹਦੇ ਵਿੱਚ ਤੁਹਾਡਾ ਕੀ ਏਮ ਕੀ ਹੈਗਾ ਕਿ ਲਾਈਕ ਇਹਦੇ 'ਚ ਕੀ ਕਿਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿਹੜੇ ਲੋਕ ਇਹਦੇ 'ਚ ਐਡ ਹੋਣ? ਹਾਂਜੀ ਦੇਖੋ ਜੀ ਇਹ ਜਿਹੜੀ ਅਸੀਂ ਸੁਸਾਇਟੀ ਬਣਾਈ ਹੈ ਇਹ ਸੁਸਾਇਟੀ ਦਾ ਮਕਸਦ ਇਹੀ ਹੈ ਕਿ ਅਸੀਂ ਗੌਰਮੈਂਟ ਨੂੰ ਇੱਕ ਅਪੀਲ ਕਰ ਰਹੇ ਹਾਂ ਕਿ ਰਿਕੁਐਸਟ ਪਟੀਸ਼ਨ 'ਤੇ ਸਾਈਨ ਕਰਵਾ ਰਹੇ ਹਾਂ ਲੋਕਾਂ ਦੇ ताकि गौरमेंट ये पटिशन उस तो बाद असी जिन्ने भी एम पीज़ नूं देवांगे तो इमीग्रेशन मिनिस्टर तो PM जस्टिन ट्रूडो नूं असी ये बाय हैंड सबमिट करांगे। सबमिट करन तो बाद इस पटिशन दे विच ये है जी भी जिहड़े लोग इत्थे कनेडा विच रह रहे ने चाहे वो वर्क परमिट ते आ चाहे वो स्टूडेंट आ ते जां फिर रिफ्यूजी स्टेटस ने उन्हां नूं एक्सपीरियंस दे बिहाफ दे उत्ते PR दित्ती जावे। हाँ जी बिकॉज उहदा कारण ये है कि ਜਿਹੜਾ पॉइंट सिस्टम आ वो इन्ना क हाई होया होया वा कि ਜਿਹੜੇ ਲੋਕ ਇੱਥੇ आए ने वर्क परमिट ਤੇ ਜਿਨ੍ਹਾਂ ਕੋਲ LMI ਹੈਗੀਆਂ ਨੇ ਉਹ पॉइंट सिस्टम ਨੂੰ मीट नहीं कर पा रहे क्योंकि ਜਦੋਂ ਕੈਨੇਡਾ ਵਿੱਚ ਅਸੀਂ ਆਏ ਹਾਂ ਜਦੋਂ ਤੁਸੀਂ ਅਪਲਾਈ ਕੀਤਾ ਸਾਰੇ ਹੀ ਲੀਗਲ ਵੇ ਦੇ ਨਾਲ ਇੱਥੇ ਆਏ ਨੇ। ਗਵਰਨਮੈਂਟ ਦਾ ਪ੍ਰੋਸੈਸ ਨੂੰ ਫੋਲੋ ਕੀਤਾ ਰਿਕੁਆਇਰਮੈਂਟਸ ਜਿਹੜੀਆਂ ਪੂਰੀਆਂ ਕੀਤੀਆਂ ਤੇ ਗਵਰਨਮੈਂਟ ਨੇ ਉਹਨਾਂ ਨੂੰ अपना जोड़ा स्किल सीगा जोड़ा किसी भी मुल्क च अगर उन्हें रेंदे सी चाहे कोई ड्राइवर सी या कोई कुक सी या कोई शैफ सी या कोई तुसी कह लो भी इंस्टॉलर सी प्लंबर सी कोई भी सीगा ट्रेड दा बंदा उहदे कोल एक्सपीरियंस सी उन्हें अपने एक्सपीरियंस दा इन्हां नूं तजर्बा जोड़ा वा सारा एक फाइल इहदे विच भर के एक फॉर्म भर के इन्हां दी रिक्वायरमेंट नूं फिल कीता ते इन्हां नूं अप्लाई कीता। इन्हां ने उस चीज़ नूं सही मन्निया जो इन्होंने ठीक लगे कि हाँ भी ये बंदा एक्सपीरियंसड है इस बंदे नूं मौका देना चाहिए साडे मुल्क दे विच आवे अपने स्किल नूं यूज़ करे तो कनेडा की इकोनमी दे विच हिस्सा पावे। असी उस रिक्वायरमेंटा नूं इंग्लिश रिक्वायरमेंट भी आ जाती है उहदे विच एज रिक्वायरमेंट भी आ जाती है उहदे विच तुहाडी स्टडी रिक्वायरमेंट भी आ जाती है तुहाडा जिहड़ा काम नूं लैके तजर्बा वह भी आ जाता है तो फिर तुहानूं इत्थे आउण दा मौका मिलदा। ठीक है जी तो जदों असीं इत्थे आ जांदे आ फिर इत्थे गवर्नमेंट ये कहती है कि अगर तुसीं सिस्टम नूं फॉलो करोगे तो तुहानूं तुसीं PR हासिल कर सकदे हो। सिस्टम नूं तो सारे फॉलो कर रहे हैं प्रॉपर काम कर रहे हैं प्रॉपर टैक्स दे रहे हैं प्रॉपर अपना इत्थे समाज विच विचरदे ने हर एक जो इत्थे दा कैनेडियन सिटीजन या PR जिस सिस्टम नूं फॉलो करदा उस सिस्टम नूं असीं फॉलो करदे हां। पर प्रॉब्लम जदों PR दी आउंदी है तो यह है कि सिस्टम पॉइंट सिस्टम बहुत हाई हो जाता है जिहदे विच ਉਹਨੂੰ पॉइंट सिस्टम ਨੂੰ फॉलो मीट ਕਰਨ ਵਿੱਚ ਕਰਦਿਆਂ ਹੀ टाइम निकल ਜਾਂਦਾ ਤੇ वर्क परमिट एक्सपायर हो ਜਾਂਦਾ। ਅੱਛਾ ਓਕੇ हाँ जी क्योंकि ਜਦੋਂ ਆਪਾਂ ਇੱਥੇ ਆਉਨੇ ਆ ਇੱਥੇ ਆਉਣ ਤੋਂ ਬਾਅਦ ਸਾਨੂੰ ਹੁੰਦਾ ਕਿ ਅਸੀਂ ਇਸ ਮੁਲਕ ਦੇ ਇਸ ਜਿਹੜਾ ਬਹੁਤ ਵਧੀਆ ਮੁਲਕ ਹੈ ਇਹ ਸਾਨੂੰ ਵੀ ਇੱਥੇ ਰਹਿਣ ਦਾ ਮੌਕਾ ਮਿਲੇ ਸਾਨੂੰ ਆਪਣਾ ਫਿਊਚਰ ਅਸੀਂ ਇੱਥੇ ਮਿਹਨਤ ਕਰੀਏ ਆਪਣਾ ਫਿਊਚਰ ਬਣਾਈਏ ਤੇ ਸਾਡੇ ਬੱਚੇ ਵੀ ਇੱਥੇ ਰਹਿਣ ਤੇ ਇਸ ਵਧੀਆ ਮੁਲਕ ਦੇ ਵਿੱਚ ਆਪਣਾ ਫਿਊਚਰ ਆਪਣੀ ਜ਼ਿੰਦਗੀ ਜਿਉਣ। पर वो रिक्वायरमेंट ना मीट होने करके उन्होंने वर्क परमिट जिहड़ा वो एक्सपायर हो जाता है। हुण तुहाडी जिहड़ी सोसायटी है मेन यही करना चाहती है कि बिना उहदे तो बाकी रिक्वायरमेंट पूरियां करके भी तुहानूं पक्के कीता जावे। हाँ जी हाँ जी ओके असीं सिर्फ गवर्नमेंट नूं ये रिक्वेस्ट कर रहे हैं कि देखो जी कनेडा गवर्नमेंट दा ना हर साल दा टिच्चा भी 3.5 ਤੋਂ 4 ਲੱਖ बंदा इन्हां ने PR करना। ठीक है जी क्योंकि बहुत वड्डा मुल्क है तो पॉपूलेशन घट है तो ये कनेडा गवर्नमेंट नूं आउंदे साल ही जिहड़े फॉरन वर्कर की डिमांड रहिंदी है जो इत्थे आके काम करन स्किल नूं अपने स्किल नूं इत्थे यूज़ करन तो गवर्नमेंट ਦੀ ਇਕਨੋਮੀ ਚ ਹਿੱਸਾ ਪਾ ਕੇ ਤੇ ਇਸ ਮੁਲਕ ਨੂੰ ਤਾਂ ਚੱਕਣ ਠੀਕ ਹੈ ਜੀ ਤੇ ਚੱਕਣਾ ਵੀ ਚਾਹੀਦਾ ਇਹਦੇ ਚ ਕੋਈ ਸ਼ੱਕ ਵੀ ਨਹੀਂ ਬਿਕੋਜ਼ ਬਹੁਤ ਸੋਹਣਾ ਮੁਲਕ ਹੈ ਬਹੁਤ ਵਧੀਆ ਇੱਥੇ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਪੂਰੀ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਤੇ ਹਰ ਤਰ੍ਹਾਂ ਕਿਸੇ ਵੀ ਤਰ੍ਹਾਂ ਮਤਲਬ ਕਿ ਮਜ਼ਹਬ ਦੇ ਲੋਕ ਜਾਂ ਕਿਸੇ ਵੀ ਧਰਮ ਦੇ ਲੋਕ पूरी दुनिया चो आके इत्थे वस सकते हैं इस दी सब तो वड्डी मिसाल देखो जी ट्रूडो गवर्नमेंट दे विच चाइनीज़ कम्यूनिटी का भी मिनिस्टर हैगे ने पंजाबी कम्यूनिटी के मिनिस्टर भी हैगे ने इंडियन कह लो इंडियन कम्यूनिटी चो मिनिस्टर हैगे ने ते अपना साउथ अफ्रीका अफ्रीका सारे मुल्कां दे लोग जिहड़े उन्हां ने अपनी पार्लीमेंट विच रखे होए ने ये बहुत वधिया मैसेज जांदा लोकां नूं कि इत्थे किन्ना क सत्कार मिलदा बिकॉज अगर किसी नूं पार्लीमेंट विच लै आउणा ते देश दे विच तुसीं कह लो भी देश दी जिहड़ी आवाम आ जां उहनूं पूरी इज्जत देनी हर एक पक्षों ते असीं साडी मंग इह है कि असीं गवर्नमेंट नूं रिक्वेस्ट कर रहे हां तो ये इस रिक्वेस्ट के असी पहला जो डिसाइड किया जसविंदर सिंह जी ने तो दसिया कि आप हुण कोविड-19 करके बाहरों कोई नहीं बंदा आ रहा ना ही कोई वर्कर आ रहा ना ही कोई स्टूडेंट आ रहा तो कैनडा गवर्नमेंट जी उन्होंने वर्करां की जिदा मैं तुहानूं दस्सिया भी लोड़ रहिंदी है वो लोड़ हुण ऐतकी पूरी नहीं हुई इस बार क्योंकि उन्होंने जिहड़ा टिच्चा सीगा वो पूरा नहीं होया तो बंदा तां 50,000 भी नहीं आया तो तुहाडे सामने 9 महीने निकल चुके ने तो असी ये गवर्नमेंट को कह रहे हैं साड़ी अपील है कि सानू एक जिहड़े इत्थे लोग ने इत्थे दे सिस्टम नू फॉलो करते हैं इत्थे दे कल्चर च रच मिच चुके ने तो इत्थों दे सिस्टम नू फॉलो भी करते हैं रूलों नू फॉलो करते हैं प्रॉपर टैक्स दिंदे ने प्रॉपर काम ते आउंदे ने काम तो हर चीज़ जो इत्थे दा सिटीजन या पी आर करदा उहदे नाल ही ये भी लोग कर रहे हैं तो सो इन्हां नूं पी आर दिती जाए असी साडी यही रिक्वेस्ट है कि इन्हां असी ये भी नहीं कहते कि हाँ भी सारिआं नूं पी आर दे दो एक्सपीरियंस के बिहाफ से पी आर दिती जाए जिहड़ा लोग इस चीज़ जिहड़े बंदे इस चीज़ का हक रखते हैं देखो जदों असीं इत्थे आए सीगे उस तो बाद इन्हां ने रिक्वायरमेंट पूरियां कीतियां तां ही इत्थे आए इत्थे काम कीता ड्राइवर ने ट्रक चलाया या टैक्सी चलाई या स्टूडेंट्स ने काम कीते या होर एलएमआईआं ने काम कीते ते फिर हुण असीं जे सारा कुछ कर रहे हैं तो पी आर होने तो बाद असी फिर भी यही कुछ करना फिर रिक्वायरमेंट इन्नी हाई क्यों ओके साढ़े सो ये थोड़ा छोटे 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 थोड़े सवाल ने जेडे कि सो ये संस्था का फोन नंबर तो ना की है जे कोई फोन करना चाहे जां कोई गल करनी चाहे तो कित्थे कित्थे कर सकदा की इहदा नाम हाँ जी साडी होप वैलफेयर सोसायटी है जी सरी तो ही साडा हैड ऑफिस सरी दे विच ही है ओके ते सरी तो ही ये मुहिम शुरू हुई सीगी हुण तां पूरे कनेडा विच चल रही है ते सानूं बहुत भरमा हंगारा मिल रहा तो साड़ी जिहड़ी ईमेल आई डी है वो हैगी है hopewelfare.sari@gmail.com हौली हौली बोलो hopewelfare.sari@gmail.com हाँ जी सो उत्थे वो तुहानूं मैसेज करके तुहाडे नाल लाइक ऐड हो सकदे आ ते अपणीआं जिहड़ियां भी उन्हां दी कुछ हैगियां वो तुसीं उन्हां दी सुणोगे सो तुहाडी सोसाइटी सुण के सारा कुछ पूरा करदी है हाँ जी ओके ते साडा कॉन्टैक्ट नंबर है जी 604-512-5001 5001 हाँ जी ओके सो दादा तो जो भी कोई फोन चुकेगा तो वह लाइक उन्होंने कुछ दसना पेगा कुछ कहना पेगा हाँ जी ये असी एक चीज़ मैं होर ऐड करनी चाहना जी असी ये जी पटीशन जो साइन करवानी शुरू की थी पहला असी इन परसन पब्लिक प्लेस से साइन ले सी जिदा गुरुद्वारा साहब के सानू 4000 तो उपर लोगों ने आके साइन किए फिर सानू डिमांड आई भी तुसी भी क्योंकि बहुत लोग इदा दे आ जिहड़े 7 दिन काम करते हैं या फिर नाइट शिफ्ट या डे शिफ्ट या फिर बहुत लोग इदा दे जिन्हां दे कोल कन्वेंस नहीं हैगी आना मुश्किल हो जाता तो या फिर जिहड़े वो ड्राइवर लोग ने ट्रक ड्राइवर ने जिहड़े एक प्रोविंस तो दूसरे प्रोविंस जाते हैं तो जिहड़े नहीं आ सकते उस डिमांड नूं असी ध्यान च रखदे होया असी सोचा भी इनू असी ऑनलाइन कर दीए क्योंकि जिहड़ा ये साइन ले जा रहे हैं इस पटीशन ते अगर वध तो वध साइन होणगे ते फिर उन्नी ही ज़्यादा ये अपील स्ट्रोंग होगी तो जिन्नी स्ट्रोंग अपील होगी तो गवर्नमेंट उन्नी ही गंभीरता दे नाल इस चीज़ नूं लऊगी तो इस चीज़ बारे सोचूगी तो हो सकदा साडीआं मंगां पूरीआं भी हो जाण ठीक है तो इस चीज़ नूं ख्याल रखदे होए असीं ऑनलाइन पटीशन जिहड़ी आ वो रजिस्टर्ड कर रही तो हुण साडी जिहड़ी तुसीं ऑनलाइन पटीशन ते भी साइन कर सकदे हो मैं तुहाडे चैनल दे थ्रू दर्शकां नूं दसना भी चाहुंदा कि जिहड़े साइन करना चाहुंदे ने वो www.change.org ते जाके डिमांड टू ग्रैंड परमानेंट रेजिडेंसी स्टेटस ऑफ वर्क परमिट स्टूडेंट एंड रिफ्यूजी उस चीज़ पर लिखा होगा, उस पेज में तुसीं क्लिक करो, उत्थे तुहानूं होप वैलफेयर सोसाइटी का एक लोगो भी मिलेगा तो तुसीं उत्थे जाके साइन कर सकते हो। एक सिंपल जिहा डेटा तुसीं देना, सिर्फ अपना नाम, अपना फोन नंबर तो अपनी ईमेल आईडी। ठीक है, तो इस प्रोसैस के थ्रू तुसीं अपना हिस्सा ਪਟੀਸ਼ਨ ਦੇ ਵਿੱਚ ਪਾ ਸਕਦੇ ਹੋ ਤੇ ਇਹਨੂੰ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਜਿੰਨੇ ਵੀ ਇੱਥੇ ਕੈਨੇਡਾ ਵਿੱਚ ਰਿਲੇਟਿਵ ਰਹਿੰਦੇ ਨੇ ਜਾਂ ਫਰੈਂਡਸ ਰਹਿੰਦੇ ਨੇ ਸਾਰਿਆਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਸਕੇ। ਇੱਕ ਚੀਜ਼ ਜੈਸ ਜੀ ਮੈਂ ਹੋਰ ਕਹਿਣਾ ਚਾਹਾਂਗਾ ਕਿ ਇਸ ਪਟੀਸ਼ਨ ਦੇ ਵਿੱਚ ਉਹ ਲੋਕ ਤਾਂ ਸਾਈਨ ਕਰ ਹੀ ਸਕਦੇ ਨੇ ਜਿਹੜੇ ਜਿਨ੍ਹਾਂ ਵਾਸਤੇ ਪਟੀਸ਼ਨ ਚਲਾਈ ਜਾ ਰਹੀ ਹੈ, ਪਰ ਇਹਦੇ ਨਾਲ ਨਾਲ ਜੇ ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ PR ਸਾਈਨ ਕਰਨਾ ਚਾਹੁੰਦੇ ਨੇ ਤੇ ਉਹ ਵੀ ਕਰ ਸਕਦੇ ਨੇ, क्योंकि ऑलरेडी वो कर भी रहे हैं सपोर्ट वास्ते। बिकॉज ग्राउंड लैवल पर जिन्हों लोगों से विचरते हैं वो लोग खुद आप चाहते हैं, जोड़े इधरले सिटीजन ने जोड़े चाहते हैं कि वाकई बंदे नूं जिहड़ी उहदी मेहनत आ उहदा मुल मिलना चाहिए। PR के हक रूप दे विच अगर सानूं साडी मेहनत का मुल मिले तो असीं उस गौरमेंट ने जो साडे वास्ते कर रही है, जो सानूं PR मिलूगी तो असीं उस चीज़ ਦਾ ਫੀਡਬੈਕ ਜਾਂ ਕਹਿ ਲਓ ਵੀ ਰਿਟਰਨ ਜਿਹੜਾ ਵਾ ਉਹ ਕੰਮ ਕਰਕੇ ਟੈਕਸ ਦੇ ਰੂਪ ਵਿੱਚ ਗੌਰਮੈਂਟ ਨੂੰ ਦੇਵਾਂਗੇ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਮੁਲਕ ਬਹੁਤ ਸੋਹਣਾ ਮੁਲਕ ਆ, ਦੁਨੀਆ ਦੇ ਵਿੱਚ ਪਹਿਲੀ ਪਸੰਦ ਬਣਿਆ ਹੋਇਆ ਹਿਊਮਨ ਰਾਈਟਸ ਕਰਕੇ। ਸਾਰਿਆਂ ਨੂੰ ਪਤਾ ਕਿ ਮਨੁੱਖੀ ਹੱਕਾਂ ਵਾਸਤੇ ਸਭ ਤੋਂ ਪਹਿਲਾਂ ਇਹ ਮੁਲਕ ਖੜਾ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਇਹ ਮੁਲਕ ਇਦਾਂ ਹੀ ਤਰੱਕੀ ਕਰਦਾ ਰਹੇ। ਠੀਕ ਆ, ਤੇ ਹਰ ਇੱਕ ਬੰਦਾ ਜਿਹੜਾ ਇੱਥੇ ਆਇਆ ਉਹਦੀਆਂ ਦਿਲ ਦੀਆਂ ਰੀਝਾਂ ਪੂਰੀਆਂ ਹੋਣ। ਕੋਈ ਆਪਣੇ ਮਾਂ ਪਿਓ ਤੋਂ ਦੂਰ ਆ, ਕੋਈ ਭੈਣਾਂ ਭਰਾਵਾਂ ਤੋਂ ਦੂਰ ਆ, ਕੋਈ ਬੱਚਿਆਂ ਤੋਂ ਦੂਰ ਆ, ਕੋਈ ਵਾਈਫ ਤੋਂ ਦੂਰ ਆ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ इस मुल्क दे विच इकट्ठे होकर रहन ते अपनी वधिया खुशहाल जिंदगी जीवन ते इस कंट्री की तरक्की वास्ते अपना हिस्सा पाउंदा रहे। हाँ, बहुत बहुत वधिया मैसेज दिता तुसीं मनप्रीत जी, थैंक यू तुहाडा बहुत बहुत इस गल नूं करन दे लई। ते मैं भी तुहाडे नाल एक वारी फिर सारिआं नाल इस गल नूं सांझा करदी हां कि इस तरह ना करो कि असी किसी होर दीआं उम्मीदां दे उत्ते भी पानी फेर दईए, क्योंकि एक बंदे दे छोटी जी गलती दे नाल कई वारी सारियां चीज़ां जिहड़ियां ओह बंद हो जांदियां। जिवें कि विआह चुल्हे होए तां असी विआह करने शुरू कर दित्ते, लाइक अपने भैण भरावां दे नाल ही जां उहनां दे नाल ही, सो उहनां ओह पता लग गया क्योंकि हुण जिहड़ी गवर्नमेंट दे विच अपने बंदे बहुत ने ते जदों अपने बंदे हुंदे आ ते उहनां तों तुसीं बहुता कुछ लुको नहीं सकदे। दूसरा की है कि जिन्ने भी बच्चे इत्थे पहुंचे होए ने, भावें ओह स्टूडेंट ने, भावें वह पक्के भी ने, इन्हें मैं कहती कि जोड़े कले कच्चे है, पक्या भी ये कहांगी कि कुछ भी ऐसा ना करो कि अपने मुल्क का असी ना बदनाम करिए ताकि दूसरों के राह असी बंद कर सकीए, क्योंकि बहुत वधिया मुल्क है जेकर तुहानूं जिउणा आउंदा है। जिंदगी जिउण दा ही नाम है, जेकर तुसीं इहनूं जिउणा सिख लैंदे हो तां तुहानूं हर मुल्क ही प्यारा लगदा, अपना लगदा। असी जरूर सोचदे हां कि हुण मैं भी कोविड-19 दे विच इंडिया फसी होई सी मनप्रीत जी, ते उत्थे इन्ना डर लग रहा सी कि बाहर जदों पुलिस दा घंटी ਵੱਜਦੀ ਸੀ ਤਾਂ ਐਂ ਲੱਗਦਾ ਸੀ ਕਿ ਪੁਲਿਸ ਆ ਕੇ ਚੱਕ ਕੇ ਨਾ ਲੈ ਜਾਵੇ ਕਿਤੇ ਤੇ NRIਆਂ ਨੂੰ ਇਹ ਨਾ ਕਰ ਦੇਵੇ। ਉੱਥੋਂ ਵੀ ਮੈਂ ਇੰਟਰਵਿਊ ਜਦੋਂ ਦਿੱਤੀ ਸੀ ਅੰਦਰ ਬੰਦ ਹੋ ਕੇ ਤਾਂ ਬੜਾ ਉੱਥੇ ਇੱਕ ਡਰ ਆ, ਕਿਉਂਕਿ ਉਸ ਮੁਲਕ ਦੇ ਵਿੱਚ ਇਸ ਲਈ ਡਰ ਆ ਕਿਉਂਕਿ ਸਾਨੂੰ ਪਤਾ ਨਹੀਂ ਕਿ ਉੱਥੇ ਹੋ ਕੀ ਰਿਹਾ ਜਾਂ ਸਾਡੇ ਨਾਲ ਕੀ ਹੋਣਾ। ਪਰ ਇਸ ਮੁਲਕ ਦੇ ਵਿੱਚ ਇਹ ਬੜਾ ਵਧੀਆ ਹੈ ਕਿ ਬਾਹਰ ਪੁਲਿਸ ਆਉਂਦੀ ਵੀ ਆ ਤਾਂ ਤੁਸੀਂ ਸਗੋਂ ਬਾਹਰ ਨਿਕਲ ਕੇ ਉਹਨਾਂ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ, ਤੁਹਾਨੂੰ ਕੋਈ ਹੱਥ ਘੜੀ ਨਹੀਂ ਲੱਗਦੀ, ਕਿ ਤੁਹਾਨੂੰ ਕੋਈ ਕੁੱਟਮਾਰ ਨਹੀਂ ਹੁੰਦੀ, ਤੁਹਾਡੇ ਤੋਂ ਕੋਈ ਗਲਤ ਸਵਾਲ ਨਹੀਂ ਪੁੱਛੇ ਜਾਂਦੇ ਜੇਕਰ ਤੁਸੀਂ ਸਹੀ ਹੋ। ਤਾਂ ਅਸੀਂ ਸਭ ਨੂੰ ਇਹੀ ਕਹਾਂਗੇ ਕਿ ਪਲੀਜ਼ ਜਿੰਨੇ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਦੂਸਰਿਆਂ ਦੀ ਮਦਦ ਜ਼ਰੂਰ ਕਰੋ ਤਾਂ ਕਿ ਇੱਕ ਮਦਦ ਦੇ ਨਾਲ ਤੁਸੀਂ ਆਪਣੇ ਮੁਲਕ ਦਾ ਨਾਮ ਵੱਡਾ ਕਰ ਸਕਦੇ ਹਾਂ। ਸੋ ਮਨਪ੍ਰੀਤ ਗਿੱਲ ਜੀ ਨੇ ਜਿਹੜੀ ਵੀ ਪਟੀਸ਼ਨ ਲਈ ਕਿਹਾ ਵਾ ਤੁਸੀਂ ਉੱਥੇ ਜਾ ਕੇ ਉਹਨੂੰ ਸਾਈਨ ਜ਼ਰੂਰ ਕਰੋ ਅਤੇ ਇਹਨਾਂ ਦੀ ਮਦਦ ਕਰੋ। ਅਤੇ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਚੈਨਲ ਪੰਜਾਬੀ ਤੁਹਾਡੇ ਸਭ ਦੇ ਲਈ ਓਪਨ ਆ। ਤੁਹਾਡੇ ਮਨ ਦੇ ਵਿੱਚ ਕੋਈ ਵੀ ਗੱਲ ਆ ਜਾਂ ਕੋਈ ਵੀ ਗੱਲ ਤੁਸੀਂ ਦੂਸਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਚੈਨਲ ਪੰਜਾਬੀ ਨੂੰ ਕਾਲ ਕਰ ਸਕਦੇ ਹੋ ਤਾਂ ਕਿ ਤੁਸੀਂ ਵੀ ਆ ਕੇ ਆਪਣੇ ਮਨ ਦੀਆਂ ਗੱਲਾਂ ਦੂਸਰਿਆਂ ਦੇ ਨਾਲ ਸਾਂਝੀਆਂ ਕਰਕੇ ਕਿਸੇ ਦਾ ਫਾਇਦਾ ਕਰ ਸਕੋ। ਕਿਸੇ ਦੇ ਨੁਕਸਾਨ ਲਈ ਇਹ ਜਿਹੜੇ ਜੀਵਨ ਜਾਂਚ ਨਹੀਂ ਬਣਿਆ, ਕਿਸੇ ਦੇ ਫਾਇਦੇ ਦੇ ਲਈ ਜੀਵਨ ਜਾਂਚ ਹੁੰਦੀ ਹੈ, ਕਿਸੇ ਦਾ ਨੁਕਸਾਨ ਕਰਨ ਦੇ ਲਈ ਨਹੀਂ। ਸੋ ਇੱਥੇ ਹੀ ਮੈਨੂੰ ਇਜਾਜ਼ਤ ਦਿਓ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਵੀ ਪਸੰਦ ਕੀਤਾ ਹੋਵੇਗਾ। ਅਗਲੀ ਵੀਕ ਇੱਕ ਨਵੇਂ ਗੈਸਟ ਦੇ ਨਾਲ ਜੀਵਨ ਜਾਂਚ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਇੱਥੇ ਹੀ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਮੈਨੂੰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।